ਸਸ਼ੀਕਾ ਜੀ ਮੇਰਾ ਨਾਮ ਜਰਮਨਜੀਤ ਸਿੰਘ ਗੁਰਕੇਰ ਪੈਂਸਟਿਟਿਊਟ ਤੋਂ ਹਾਜ਼ਰ ਆ ਨਵੇਂ ਰਿਜ਼ਲਟ ਲੈ ਕੇ ਕੈਨੇਡਾ ਦੇ ਤੁਹਾਡੇ ਨਾਲ ਕੁਝ ਪਾਸਪੋਰਟ ਰੀਸੀਵ ਹੋਏ ਸੀ ਅੱਜ ਸਾਨੂੰ ਪੰਜ ਪਾਸਪੋਰਟ ਰੀਸੀਵ ਹੋਏ ਸੀ ਕੁਝ ਦਿਨ ਪਹਿਲਾਂ ਵੀ ਤੁਹਾਨੂੰ ਇੰਸਟਾਗ੍ਰam ਤੇ ਫੇਸਬੁੱਕ ਪੇਜ ਤੋਂ ਸ਼ੇਅਰ ਕੀਤੇ ਗਏ ਸੀਗੇ ਪਿਕਸ ਕੁਝ ਸਾਡੇ 8 ਤੋਂ 10 ਪਾਸਪੋਰਟ ਸੀਗੇ ਤਾਂ ਅੱਜ ਲਾਈਵ ਹੋਇਆ ਕੁਝ ਕਿਉਂਕਿ ਅੱਜ ਮੋਸਟਲੀ ਕਲਾਇੰਟਸ ਸੀਗੇ ਉਹਨਾਂ ਦਾ ਕੁਐਸਚਨ ਇਹੀ ਸੀਗਾ ਕਿ ਸਰ ਕੈਨੇਡਾ ਬੰਦ ਹੋ ਚੁੱਕਿਆ ਆ ਕੈਨੇਡਾ ਦਾ ਸਕਸੈਸ ਰੇਟ ਬਹੁਤ ਡਾਊਨ ਹੋ ਚੁੱਕਿਆ ਆ ਕਿ ਸਾਨੂੰ ਆਸਟ੍ਰੇਲੀਆ ਕਰਨਾ ਚਾਹੀਦਾ ਯੂਕੇ ਕਰਨਾ ਚਾਹੀਦਾ ਸੋ ਅੱਜ ਕਲੈਰਿਟੀ ਲੈ ਕੇ ਆ ਰਿਹਾ ਹਾਂ ਉਸ ਗੱਲ ਨੂੰ ਲੈ ਕੇ ਕਿ ਆਪਾਂ ਨੂੰ 100% ਅੱਜ ਵੀ ਕੈਨੇਡਾ ਹੀ ਕਰਨਾ ਚਾਹੀਦਾ ਹੈ ਬੇਸ਼ੱਕ ਦੀ 80% ਰਿਫਿਊਜ਼ਲ ਹੈ ਬੇਸ਼ੱਕ ਦੀ 90% ਰਿਫਿਊਜ਼ਲ ਰੇਟ ਚੱਲ ਰਿਹਾ ਹੈ ਡਸਨਟ ਮੈਟਰ ਜੇ ਤੁਹਾਡੀ ਫਾਈਲ ਇਹ ਕੈਨੇਡਾ ਐਮਬੈਸੀ ਦੇ ਵਿੱਚ ਪ੍ਰੋਪਰ ਤਰੀਕਾ ਨਾਲ ਰਿਪਰੈਜ਼ੈਂਟ ਹੋਈਏ ਤਾਂ ਡੈਫੀਨਿਟਲੀ ਤੁਹਾਨੂੰ ਵੀਜ਼ਾ ਆਫੀਸਰ ਵੀਜ਼ਾ ਦੇਵੇਗਾ ਤਾਂ ਆਓ ਦੇਖਦੇ ਹਾਂ ਅੱਜ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਦਾ ਹਾਂ ਸਾਡੇ ਬੱਚਾਂ ਦੇ ਜਿਹੜੇ ਪਾਸਪੋਰਟ ਅਜ ਰਿਸੀਵ ਹੋਏ ਨੇ ਫਰਸਟ ਸਾਡਾ ਵੀਜ਼ਾ ਸੈਕੰਡ ਵੀਜ਼ਾ ਥਰਡ ਵੀਜ਼ਾ ਫੋਰਥ ਵੀਜ਼ਾ ਫਿਫਥ ਬੜੀ ਖੁਸ਼ੀ ਦੀ ਗੱਲ ਹੈ ਇੱਕ ਹੋਰ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ 5.5 ਤੋਂ 6 ਅਨਦਰ ਪਾਸਪੋਰਟ ਵੀ ਡਿਸਪੈਚ ਹੋ ਚੁੱਕੇ ਨੇ ਕੈਨੇਡਾ ਤੋਂ ਤਾਂ ਬਹੁਤ ਜਲਦੀ ਸਾਨੂੰ ਉਹ ਪਾਸਪੋਰਟ ਵੀ ਮਿਲ ਜਾਣਗੇ ਅਸੀਂ ਤੁਰੰਤ ਤੁਹਾਡੇ ਨਾਲ ਉਸ ਚੀਜ਼ ਨੂੰ ਵੀ ਸ਼ੇਅਰ ਕਰਾਂਗੇ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਤੇ ਸ਼ੇਅਰ ਕਰਾਂਗੇ ਤਾਂ ਮੈਂ ਉਹਨਾਂ ਬੱਚਿਆਂ ਨੂੰ ਇੱਕ ਐਡਵਾਈਸ ਦੇਣਾ ਚਾਹੁੰਦਾ ਜਿਹੜੇ ਬੱਚੇ ਰਿਫਿਊਜ਼ ਹੋ ਚੁੱਕੇ ਨੇ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਗਈ ਬੈਕ ਟੂ ਬੈਕ ਰਿਜ਼ਲਟ ਆ ਰਹੇ ਨੇ ਆਪਾਂ ਤੁਹਾਡੀ ਫਾਈਲ ਨੂੰ ਰੀਪਰੈਜ਼ੈਂਟ ਕਰਕੇ ਇੱਕ ਵਧੀਆ ਤਰੀਕੇ ਨਾਲ ਸਟੱਡੀ ਕਰਕੇ ਦੈਨ ਆਪਾਂ ਉਹਨੂੰ ਲਾਂਚ ਕਰ ਸਕਦੇ ਹਾਂ ਕੋਈ ਏਡੀ ਵੱਡੀ ਗੱਲ ਨਹੀਂ ਗਈ ਕੁਝ ਕਮੀਆਂ ਰਹਿ ਜਾਂਦੀਆਂ ਨੇ ਜਿਹਦੇ ਕਰਕੇ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਆਪਾਂ ਕਿਸੇ ਨੂੰ ਗਲਤ ਵੀ ਨਹੀਂ ਕਹਿ ਸਕਦੇ ਅਗਲੇ ਨੇ ਆਪਣਾ ਬੈਸਟ ਦਿੱਤਾ ਹੋਊਗਾ ਸ਼ਾਇਦ ਉਹ ਉਹਨਾਂ ਬੈਸਟ ਕੈਨੇਡਾ ਐਮਬੈਸੀ ਲਈ ਨਹੀਂ ਹੋਊਗਾ ਸ਼ਾਇਦ ਉਹਨੂੰ 19 ਸਮਝ ਨਹੀਂ ਆਈ ਹੋਊਗੀ ਤੁਹਾਡੀ ਫਾਈਲ ਦੀ ਤੁਹਾਡੀ ਜੈਨੂਇਨ ਇੰਟੈਂਸ਼ਨਸ ਨਹੀਂ ਸਮਝ ਆਈਆਂ ਹੋਣਗੀਆਂ ਤਾਂ ਖਬਰਾਂ ਆਉਣ ਦੀ ਜ਼ਰੂਰਤ ਨਹੀਂ ਜੇ ਤੁਸੀਂ ਇੱਕ ਵਾਰ ਦੋ ਵਾਰੀ ਤਿੰਨ ਵਾਰੀ ਰਿਫਿਊਜ਼ ਹੋ ਚੁੱਕੇ ਹੋ ਤੁਸੀਂ 2019 ਤੋਂ 2020 ਪਾਸ ਆਊਟ ਹੋ ਅੱਜ ਹੀ ਗੁਰੂ ਕਿਰਪਾ ਇਮੀਗ੍ਰੇਸ਼ਨ ਤੁਸੀਂ ਵਿਜ਼ਿਟ ਕਰੋ ਔਰ ਸਾਡੇ ਐਕਸਪਰਟ ਟੀਮ ਨੂੰ ਕੰਟੈਕਟ ਕਰੋ ਧੰਨਵਾਦ